ਕਿਹੜੇ ਕਿਹੜੇ ਰਾਈਟਰ ਹੈ ਡਾਇਰੈਕਟਰ ਹੈ ਜਿਨ੍ਹਾਂ ਨੂੰ ਤੁਸੀਂ ਪਰਸਨਲੀ ਤੌਰ ਤੇ ਬਹੁਤ ਫੋਲੋ ਕੀਤਾ ਐਂਡ ਤੁਹਾਡਾ ਜਿਹੜੀ ਗਰੂਮਿੰਗ ਆ ਉਹ ਉਹਨਾਂ ਕਰਕੇ ਬਹੁਤ ਜ਼ਿਆਦਾ ਹੋਈ? ਮੈਂ ਅਨੁਰਾਗ ਸਰ ਨੂੰ ਬਹੁਤ ਫੋਲੋ ਕੀਤਾ, ਅਨੁਰਾਗ ਸਿੰਘ ਨੂੰ। ਮੈਂ ਆਈ ਐਮ ਗ੍ਰੇਟਲੀ ਇੰਸਪਾਇਰਡ ਬਾਈ ਨੋਟ ਜਸਟ ਫਿਲਮਾਂ ਕਿਵੇਂ ਲਿਖਦੇ ਆ ਜਾਂ ਉਵੇਂ, ਬਟ ਹਾਓ ਹੀ ਕੰਡਕਟਸ ਹਿਮਸੈਲਫ ਇਨ ਪਰਸਨਲ ਲਾਈਫ। ਮੈਂ ਬਹੁਤ ਇਨਫਲੂਐਂਸਡ ਹਾਂ ਸਰ ਸਰ ਤੋਂ, ਅਤੇ ਮੈਨੂੰ ਇਹੀ ਹੈ ਕਿ ਜਿੱਦਾਂ ਦੀ ਜਰਨੀ ਸਰ ਦੀ ਰਹੀ ਹੈ ਆਈ ਟਰਾਈ ਟੂ ਫੋਲੋ ਥਿੰਗਸ ਉੱਦਾਂ, ਅਤੇ ਮੈਂ ਜੈਨੂਇਨਲੀ ਕਾਫੀ ਮਤਲਬ ਆਈ ਐਮ ਅਨੁਰਾਗ ਸਿੰਘ ਫੈਨ। ਮੌਕਾ ਮਿਲਿਆ ਨਾ ਮਿਲਣ ਦਾ? ਯੈਸ, ਹੀ ਇਜ਼ ਲਾਈਕ ਫੈਮਿਲੀ ਟੂ ਮੀ, ਸੋ ਟੱਚ ਵੁੱਡ। ਅਤੇ ਮਤਲਬ ਮੈਂ ਇਹ ਵੀ ਹੈ ਕਿ ਮੈਨੂੰ ਕਦੇ ਵੀ ਪ੍ਰੋਬਲਮ ਹੁੰਦੀ ਹੈ ਫਿਲਮ ਦੇ ਸੈੱਟ 'ਤੇ, ਮੈਂ ਕਦੇ ਫਸ ਜਾਂਦਾ ਕਿਸੇ ਚੀਜ਼ 'ਚ, ਸੋ ਹੀ ਇਜ਼ ਦ ਓਨਲੀ ਪਰਸਨ ਆਈ ਕਾਲ ਐਂਡ ਆਈ ਸਪੀਕ ਟੂ ਹਿਮ ਐਂਡ ਆਈ ਟੈਲ ਹਿਮ ਸਰ ਆਹ ਪ੍ਰੋਬਲਮ ਆ ਰਹੀ ਹੈ ਅਤੇ ਆਹ ਚੀਜ਼ਾਂ। ਫਿਰ ਅਸੀਂ ਘੰਟਾ ਦੋ ਘੰਟੇ ਹੀ ਗਿਵਸ ਮੀ ਦੈਟ ਟਾਈਮ ਐਂਡ ਹੀ ਮੇਕਸ ਮੀ ਕਿ ਐਂ ਹੁੰਦਾ ਹੀ ਆ ਲਾਈਫ ਦੇ ਵਿੱਚ।